ਨਸਕਾਰ ਖਬਰਾਂ ਦੇ ਸਪਲੇਟਨ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਸਵਰਨਜੀਤ ਸਿੰਘ ਪਹਿਲਾਂ ਪੇਸ਼ ਨੇ ਚੋਣੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਰਨਾਟਕ ਦੇ ਦੌਰੇ ਤੇ ਜਾ ਰਹੇ ਨੇ ਕੇਂਦਰੀ ਕੈਬਨਟ ਨੇ ਪੀਐਮ ਉਜਵਲਾ ਯੋਜਨਾ ਦੇ ਖਪਤਕਾਰਾਂ ਲਈ ਸਬਸਿਡੀ ਨੂੰ ਇੱਕ ਸਾਲ ਲਈ ਹੋਰ ਵਧਾਇਆ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਲਈ ਡੀਏ ਤੇ ਪੈਨਸ਼ਨਰ ਲਈ ਡੀਆਰ ਵਿੱਚ 4% ਦਾ ਵਾਧਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ Chhattisgarh ਦੇ ਬਸਤਰ ਵਿੱਚ 84ਵੇਂ CRPF ਦਿਵਸ ਪੇਠ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਪੰਜਾਬ ਦੇ ਜ਼ਿਆਦਾਤਰ ਹਿੱਸੇ ਵਿੱਚ ਨਹੀਂ ਪੈਣ ਵਾਲੇ ਫਸਲਾਂ ਨੂੰ ਨੁਕਸਾਨ ਹੋਣ ਦਾ ਖਤਸ਼ਾ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਰਨਾਟਕ ਦੇ ਦੌਰੇ ਤੇ ਜਾ ਰਹੇ ਨੇ ਪ੍ਰਧਾਨ ਮੰਤਰੀ ਕਰਨਾਟਕ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣਗੇ ਇਹਨਾਂ ਪ੍ਰੋਜੈਕਟਾਂ ਵਿੱਚ ਸ਼੍ਰੀ ਮਧੂਸੂਦਨ ਸਾਇੰਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਐਂਡ ਰਿਸਰਚ ਵੀ ਸ਼ਾਮਲ ਹੈ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਇੱਕ ਨਵੀਂ ਮੈਟਰੋ ਲਾਈਨ ਦਾ ਵੀ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੰਗਲੂਰੂ ਵਿੱਚ ਇੱਕ ਰੋਡ ਸ਼ੋਅ ਵੀ ਕਰਨਗੇ ਅਤੇ ਦੇਵਨਗਰੀ ਵਿੱਚ ਵਿਜੇ ਸੰਕਲਪ ਯਾਤਰਾ ਦੇ ਸਮਾਪਤੀ ਸਮਾਗਮ ਵਿੱਚ ਸ਼ਾਮਲ ਹੋਣਗੇ ਭਾਰਤੀ ਜਨਤਾ ਪਾਰਟੀ ਦੇ ਕਰਨਾਟਕ ਜੂਨਿਟ ਨੇ ਚੋਣਾਂ ਤੋਂ ਪਹਿਲਾਂ ਮੁਹਿੰਮ ਤਹਿਤ ਸੂਬੇ ਦੇ 224 ਐਂਬਲੀ ਹਲਕਿਆਂ ਦੇ ਖੇਤਰਾਂ ਵਿੱਚ ਤਕਰੀਬਨ 8000 ਕਿਲੋਮੀਟਰ ਲੰਬੀ ਯਾਤਰਾ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਹੋਈ ਆਰਥਿਕ ਮਾਮਲੇ ਦੀ ਕੈਬਨਿਟ ਕਮੇਟੀ ਨੇ ਪ੍ਰਧਾਨ ਮੰਤਰੀ ਉਜਵਲ ਯੋਜਨਾ ਪੀਐਮਯੂਵਾਈ ਦੇ ਲਾਭਪਾਤਰ ਨੂੰ ਹਰ ਸਾਲ 12 ਰਿਫਲ ਤੱਕ 14.2 ਕਿਲੋਗ੍ਰਾਮ ਦੇ ਇੱਕ ਸਿਲੰਡਰ ਤੇ 200 ਰੁਪਏ ਦੀ ਸਬਸਿਡੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਪੀਐਮਯੂਵਾਈ ਦੇ ਤਕਰੀਬਨ 9 ਕਰੋੜ ਉਹਨਾਂ ਲੱਖ ਲਾਭਪਾਤਰੀ ਨੇ ਕੈਬਨਿਟ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਸੂਚਨਾ ਤੇ ਪ੍ਰਚਾਰ ਮੰਤਰੀ ਅਨੁਰاج ਸਿੰਘ ਠਾਕੁਰ ਨੇ ਦੱਸਿਆ ਕਿ ਇਸ ਤੇ ਸਾਲਾਨਾ 2022 ਤੇ ਲਈ ਕੁੱਲ ਖਰਚ 6100 ਕਰੋੜ ਰੁਪਏ ਅਤੇ 2023-24 ਲਈ 7680 ਕਰੋੜ ਰੁਪਏ ਹੋਵੇਗਾ ਪਿੰਡੂ ਅਤੇ ਵੰਚਿਤ ਗਰੀਬ ਪਰਿਵਾਰਾਂ ਨੂੰ ਆਪਣਾ ਭੋਜਨ ਤਿਆਰ ਕਰ ਲਈ ਉਪਲਬਧ LPG ਨੂੰ ਸਵੱਛ ਬਾਲਣ ਬਣਾਉਣ ਲਈ ਸਰਕਾਰ ਨੇ ਮਈ 2016 ਵਿੱਚ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਸ਼ੁਰੂ ਕੀਤੀ ਸੀ ਤਾਂ ਜੋ ਗਰੀਬ ਪਰਿਵਾਰਾਂ ਦੀਆਂ ਬਾਲਗੌੜਤਾਂ ਨੂੰ ਮੁਫਤ LPG ਕਨੈਕਸ਼ਨ ਦਿੱਤੇ ਜਾ ਸਕਣ ਹੁਣ ਲਾਭਪਾਤਰੀ ਨੂੰ ਯੋਜਨਾ ਤਹਿਤ ਹੋਰ ਇੱਕ ਸਾਲ ਲਈ ਸਬਸਿਡੀ ਮਿਲਦੀ ਰਹੇਗੀ ਅਨਰਾਗ ਸਿੰਘ ਠਾਕੁਰ ਨੇ ਕਿਹਾ ਕਿ ਕਮੰਤਰੀ ਬਾਜ਼ਾਰ ਵਿੱਚ ਐਲ ਪੀ ਜੀ ਦੀਆਂ ਕੀਮਤਾਂ ਵਿੱਚ ਅਚਾਨਕ ਆਈ ਤੇਜ਼ੀ ਮਗਰੋਂ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਲਾਭਪਾਤਰੀ ਨੂੰ ਰਾਹਤ ਦੇਣ ਦਾ ਫੈਸਲਾ ਕੀਤਾ ਗਿਆ ਹੈ ਅਨਰਕ ਸਿੰਘ ਠਾਕੁਰ ਨੇ ਦੱਸਿਆ ਕਿ ਕੈਬਨਿਟ ਨੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਡੀਏ ਅਤੇ ਪੈਨਸ਼ਨਨ ਲਈ ਮਹਿੰਗਾਈ ਰਾਹ ਦੇ ਕਿਸ਼ਤ ਵਿੱਚ ਪਹਿਲੀ ਜਨਵਰੀ 2023 ਤੋਂ 4% ਦੇ ਵਾਧੇ ਨੂੰ ਮਨਜ਼ੂਰੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਹੁਣ ਇਹ 38% ਤੋਂ ਵੱਧ ਕੇ 43% ਹੋ ਗਏ ਇਸ ਸਾਲ ਇਸ ਨਾਲ ਕੇਂਦਰ ਸਰਕਾਰ ਦੇ ਤਕਰੀਬਨ 47 ਲੱਖ 58 ਹਜ਼ਾਰ ਮੁਲਾਜ਼ਮਾਂ ਤੇ 69 ਲੱਖ 76 ਹਜ਼ਾਰ ਪੈਨਸ਼ਨਨ ਨੂੰ ਲਾਭ ਹੋਵੇਗਾ ਇਸ ਨਾਲ ਸਰਕਾਰ ਤੇ 12815 ਕਰੋੜ 60 ਲੱਖ ਰੁਪਏ ਦਾ ਸਾਲਾਨਾ ਬੋਝ ਪਵੇਗਾ ਡੀਅਰਨੈਸ ਅਲਾਉਂਸ ਔਰ सेंट्रल गवर्नमेंट के एम्प्लॉइज के लिए जो डियरनेस अलाउंस और पेंशनर्स के लिए डियरनेस रिलीफ तो डियरनेस रिलीफ और डियरनेस अलाउंस के बारे में सरकार ने निर्णय किया है और दरों का निर्धारण तो आपको पता है कि ऑल इंडिया कंज्यूमर प्राइस इंडेक्स फॉर इंडस्ट्रियल वर्कर्स जो है उसके आधार पर एक सग्रित फार्मूले के आधार पर किया जाता है और 7th सेंट्रल पे कमीशन की रिकमेंडेशंस को सरकार ने माना है एग्जिस्टिंग रेट जो 38 परसेंट है उसको बढ़ाकर 42 प्रतिशत कर दिया है 4 प्रतिशत की इसमें वृद्धि की है अनुराग सिंह ठाकुर ने दसा कि कैबिनेट ने भी सौ तेई चौबी के सीजन लिए जूट के घट्टो समर्थन मुल एम एस भी अपनी मंजूरी दे दी है यह मंजूरी खेती लागत और कीमत कमिशन दिफारिशा आधारित है ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਛਤੀਸਗੜ੍ਹ ਦੀ ਬਸਤਰ ਡਿਵੀਜ਼ਨ ਦੇ ਜਗਦਲਪੁਰ ਵਿੱਚ 86ਵੇਂ ਸੀਆਰਪੀਐਫ ਦਿਵਸ ਪੇਰੇ ਸਮਾਗਮ ਵਿੱਚ ਅੱਜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਇਸ ਮੌਕੇ ਗ੍ਰਹਿ ਮੰਤਰੀ ਨੇ ਪ੍ਰਸਾਰ ਭਾਰਤੀ ਦੇ ਬਸਤਰ ਵਿੱਚ 올 ਇੰਡੀਆ ਰੇਡੀਓ ਦੀ ਸਰਵਿਸ ਲਈ ਸਥਾਨਕ ਪਾਸ਼ਾ ਖਲਬੀ ਵਿੱਚ ਸਮਾਚਾਰ ਸੇਵਾ ਦਾ ਉਦਘਾਟਨ ਵੀ ਕੀਤਾ 84ਵੇਂ ਸੀਆਰਪੀਐਫ ਦਿਵਸ ਨੂੰ ਸਬੋਧਨ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ 2249 ਜਵਾਨਾਂ ਨੇ ਦੇਸ਼ ਲਈ ਕੁਰਬਾਨੀ ਦਿੱਤੀ ਹੈ ਸੀਆਰਪੀਐਫ ਦੇ ਅਲੱਗ-ਅਲੱਗ 3 ਪ੍ਰੋਜੈਕਟਾਂ लगभग एक करोड़ रुपए के विकास कामों का लोकार्पण भी हुआ है और हल्बी भाषा में साप्ताहिक समाचार बुलेटिन भी आकाशवाणी ने शुरू किया है छत्तीसगढ़ के अंदर आदिवासियों की भाषा में पहला बुलेटिन समाचार बुलेटिन शुरू करने के लिए मैं आकाशवाणी और दूरदर्शन को बहुत बहुत साधुवाद देता हूं ਇਸ ਮੌਕੇ CRPF ਦੇ ਜਵਾਨਾਂ ਨੂੰ ਬਹਾਦਰੀ ਤਮਗੀ ਅਤੇ ਵੱਖ-ਵੱਖ ਸ਼੍ਰੇਣੀਆਂ ਵਿੱਚ ਵਧੀਆ ਕੰਮ ਲਈ ਟਰੋਫੀਆਂ ਵੀ ਦਿੱਤੀਆਂ ਗਈਆਂ। ਇਸ ਸਾਲ ਇਸ ਸਪਰੇਡ ਦਾ ਖਾਸ ਮਹੱਤਵ ਇਹ ਕਿਉਂ ਜੋ ਇਹ ਦੂਜੀ ਵਾਰ CRPF ਦੇ ਦਿੱਲੀ ਵਿੱਚ ਮੁਖ ਦਫ਼ਤਰ ਤੋਂ ਬਾਹਰ ਕਰਵਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਦੀ ਗਤੀਸ਼ੀਲ ਲਗਵਾਈ ਵਿੱਚ ਸਫਲਤਾ ਦੀਆਂ ਕਈ ਕਹਾਣੀਆਂ ਰਚੀਆਂ ਗਈਆਂ ਨੇ। ਜਿਹੜਾ ਸਭ ਤੋਂ ਅਲੱਗ ਹੈ ਉਹ ਨਕਦੀ ਰਹਿਤ ਸਮਾਜ ਦੀ ਦਸ਼ਾ ਵਿੱਚ ਦੇਸ਼ ਦਾ ਤੇਜ਼ੀ ਨਾਲ ਵਧਦਾ ਹੋਇਆ ਕਦਮ ਇਸ ਦਾ ਅਸਰ ਅੱਜ ਅਸੀਂ ਸਾਰੇ ਪਾਸੇ ਦੇਖ ਸਕਦੇ ਹਾਂ ਸਾਲ 2021-22 ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ 5.5 ਹਜ਼ਾਰ ਕਰੋੜ ਤੋਂ ਵੱਧ ਦਾ ਨਕਦੀ ਰਹਿਤ ਲੈਣ-ਦੇਣ ਹੋਇਆ ਹੈ ਜਿਹੜਾ ਕਿ ਸਾਲ 2016-17 ਦੇ ਮੁਕਾਬਲੇ 5.5 ਗੁਣਾ ਵਾਧੇ 22 ਮਈ 2016 ਨੂੰ ਪ੍ਰਸਾਰਿਤ ਮਨਕੀ ਬਾਤ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਨਕਦੀ ਰਹਿਤ ਲੈਣ-ਦੇਣ ਕਰਨ ਦੀ ਅਪੀਲ ਕੀਤੀ ਆਓ ਸੁਣੀਏ ਪ੍ਰਧਾਨ ਮੰਤਰੀ ਦੇ ਉਸ ਵੇਲੇ ਦੇ ਵਿਚਾਰ पूरी दुनिया कैशलेस सोसाइटी की तरफ आगे बढ़ रही है इलेक्ट्रॉनिक टेक्नोलॉजिकल व्यवस्था के द्वारा हम रुपये पा भी सकते हैं रुपये दे भी सकते हैं चीज खरीद भी सकते हैं बिल चुकता भी कर सकते हैं और इससे जेब में से कभी बटवे की चोरी होने का तो सवाल ही नहीं उठेगा हिसाब रखने की भी चिंता नहीं रहेगी ऑटोमेटिक हिसाब रहेगा शुरुआत थोड़ी कठिन लगेगी लेकिन एक बार आदत लगेगी तो यह व्यवस्था सरल हो जाएगी ਫਾਜ਼ਿਲਕਾ ਜ਼ਿਲ੍ਹੇ ਦੇ ਬੋਹਰ ਇਲਾਕੇ ਦੇ ਪਿੰਡ ਬਕੈਨ ਵਾਲਾ ਵਿਖੇ ਕੱਲ ਦੁਪਹਿਰ ਆਇਆ ਜ਼ਬਰਦਸਤ ਚੱਕਰਵਾਤੀ ਤੂਫਾਨ ਨਾਲ ਕਈ ਲੋਕਾਂ ਦੇ ਮਕਾਨਾਂ ਦੀਆਂ ਛੱਤਾਂ ਉੱਡ ਗਈਆਂ ਤੇ ਦੀਵਾਰਾਂ ਡਿੱਗ ਗਈਆਂ ਜਿਸ ਨਾਲ ਲੋਕ ਮਲਬੇ ਹੇਠਾਂ ਦੱਬ ਗਏ ਸਾਡੇ ਨੁਮਾਇੰਦੇ ਸੁਨੀਲ ਦਾਗਪਾਲ ਅਨੁਸਾਰ ਇਸ ਚੱਕਰਵਾਤੀ ਤੂਫਾਨ ਨੇ ਕੁਝ ਮਿੰਟਾਂ ਵਿੱਚ ਹੀ ਇਲਾਕੇ ਵਿੱਚ ਤਹਸ ਨਸ ਕਰ ਦਿੱਤਾ ਘਰਾਂ ਦੀਆਂ ਛੱਤਾਂ ਉੱਡ ਗਈਆਂ ਤੇ ਵੱਡੇ ਵੱਡੇ ਰੁੱਖ ਜੜ੍ਹਾਂ ਤੋਂ ਖੜ ਗਏ ਇਸ ਤੂਫਾਨ ਦੀ ਚਪੇਟ ਵਿਚ ਆ ਕੇ ਜ਼ਖਮੀ ਹੋਏ ਕੁਝ ਵਿਅਕਤੀਆਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਲੋਕਾਂ ਨੇ ਦੱਸਿਆ ਕਿ ਮੌਸਮ ਪਹਿਲਾਂ ਸਾਫ਼ ਸੀ ਪਰ ਅਚਾਨਕ ਹੀ ਬੱਦਲ ਬਣਨ ਮਗਰੋਂ ਇਹ ਤੂਫਾਨ ਸ਼ੁਰੂ ਹੋ ਗਿਆ ਜਿਸ ਨੇ ਸਭ ਕੁਝ ਤਹਿਸ ਨਹਿਸ ਕਰ ਦਿੱਤਾ ਕਿਉਂਕਿ ਕੰਧਾਂ ਦਾ ਪਸ਼ੂਆਂ ਦਾ ਨੁਕਸਾਨ ਵੀ ਬਹੁਤ ਹੋਇਆ ਹੈ 10 12 ਜੀ ਜਿਹੜੇ ਸੀਗੇ ਕੋਈ ਛੱਤਾਂ ਡੇਗੀਆਂ ਉਹ ਥੱਲੇ ਆਏ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅਸੀਂ ਕੱਢ ਕੇ ਉਹਨਾਂ ਨੂੰ ਸਰਕਾਰੀ ਹਸਪਤਾਲ ਦੇ ਸਾਹਮਣੇ ਮੰਨ ਲਓ ਕਰਕੇ ਇਲਾਜ ਵਾਸਤੇ ਭੇਜਿਆ ਗਿਆ ਉਹ ਨਾਲ ਦੋ ਘਰ ਸੀ ਜੀ ਜੀ ਬੱਚੇ ਥੱਲੇ ਆ ਗਏ पर ਮੱਲਿਆਲੇ ਬੜੀ ਮੁਸ਼ਕਲੋਂ ਬਾਹਰ ਕੱਢਿਆ ਹੁਣ ਮਤਲਬ ਹੋਰ ਵੇਜੇ ਹੋਏ ਨਾ ਤੁਹਾਨੂੰ ਇਹ ਬਰੇ ਮਾਇਆਂ ਸੀ ਜੀ ਅਮਰ ਸਾਢੇ 6 7 ਜਿਹੜੇ 7 8 ਜਿੰਨੇ ਵੀ ਦੇਖੇਗੇ ਸੀ ਲੈਂਟਰੇ ਫੱਟ ਤੇ ਤੇ ਉੱਥੇ ਕਮਰਿਆਂ ਦੇ ਜਿਹੇ ਮੁੱਦੇ ਖਤਮ ਕਰਦਾ ਆਇਆ ਕਿੰਨਾ ਸਿਰਫ 8-2 ਮਿੰਟ ਉੱਥੇ ਚੱਕਰ ਦੀ ਧਫਾਨਾ ਆਇਆ ਸਾਡੇ ਬਹੁਤ ਮੰਨ ਲ ਜਿੰਨੇ ਵੀ ਆਂਡ ਬੰਨ ਜਿੰਨੇ ਵੀ ਬਹੁਤ ਜਿਆਦਾ ਸੱਟਾਂ ਲੱਗੀਆਂ ਨੇ ਇਸ ਤੂਫਾਨ ਦੀ ਜਾਣਕਾਰੀ ਮਿਲਣ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ਤੇ ਪੁੱਜੇ ਤੇ ਹਾਲਾਤ ਦਾ ਜਾਇਜ਼ਾ ਲਿਆ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਨੇ ਦੱਸਿਆ ਕਿ ਪੀੜਤਾਂ ਨੂੰ ਟੁਕਵਾ ਮੁਆਵਜ਼ਾ ਦਿੱਤਾ ਜਾ ਵਿਗਾ ਅੱਜ ਜਿਹੜਾ ਦੁਪਹਿਰੇ ਇੱਥੇ ਨੁਕਸਾਨ ਹੋਇਆ ਹੈ ਜਿਹੜਾ ਟੋਰਨੇਡੋ ਆਇਆ ਹੈ ਉਹਦੇ ਨਾਲ ਜਿਹੜੀ 2.5 ਕਿਲੋਮੀਟਰ ਦੇ ਏਰੀਆ 'ਚ ਨੁਕਸਾਨ ਹੋਇਆ ਕਾਫੀ ਜਿਹੜੇ ਘਰ ਸੀਗੇ ਉਹ ਘਰ ਗਿਰ ਗਏ ਐਂਡ ਜਿਹੜੇ ਇਕਾਦੇ ਪਸ਼ੂ ਦਾ ਵੀ ਨੁਕਸਾਨ ਹੋਇਆ 10 12 ਲੋਕ ਜ਼ਖਮੀ ਹੋਏ ਜਿਨਾਂ ਨੂੰ ਹਸਪੀਟਲ ਚਾਇਆ ਗਿਆ ਮੈਂ ਔਰ ਐਮਐਲਏ ਸਾਹਿਬ ਹਨ ਇਹ ਨੂੰ ਅਸੀਂ ਦੇਖਣਾ ਹੈ ਇਹਨੂੰ ਅਸੀਂ ਅਸੈਸ ਕਰਾਵਾਂਗੇ ਜੀ ਟੀਮ ਬਣਾ ਕੇ ਸਾਰਾ ਅਸੈਸ ਕਰੇਗੀ ਉਸ ਦੇ ਹਿਸਾਬ ਨਾਲ ਰਿਮੋਵਸ ਦਿੱਤਾ ਜਾਏਗਾ ਕੁਦਰਤੀ ਆਫਤ ਕਰਨ ਜੋ ਵੀ ਨੁਕਸਾਨ ਹੋਇਆ ਉਹਦਾ ਮੁਆਵza ਸਰਕਾਰ ਮਿਲੋ ਦਿੱਤੇ ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਿਹਾ ਮੀਂਹ ਪੈਣ ਦਾ سلسلہ ਬੀਤੀ ਰਾਤ ਵੀ ਜਾਰੀ ਰਿਹਾ ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਵੱਧ 53.5 ਮਿਲੀਮੀਟਰ ਮੀਂਹ ਜਲੰਧਰ ਜ਼ਿਲ੍ਹੇ ਦੇ ਨੂਰ ਮਹਿਲ ਦੇ ਵਿੱਚ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਫਿਰੋਜ਼ਪੁਰ ਵਿੱਚ 49 ਮਿਲੀਮੀਟਰ ਤੇ ਫਰੀਦਕੋਟ ਵਿੱਚ 46.2 ਮਿਲੀਮੀਟਰ ਮੀਂਹ ਪਿਆ ਹੈ ਇਸ ਮੀਂਹ ਨਾਲ ਆਸਤਨ ਤਾਪਮਾਨ ਵਿੱਚ 0.3 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ ਮੌਸਮ ਪਾਕ ਨੇ ਰੁਕ ਰੁਕ ਕੇ ਮੀਂਹ ਪੈਣ ਦਾ ਇਹ سلسلہ ਫਿਲਹਾਲ ਜਾਰੀ ਰਹਿਣ ਦੀ ਸੰਭਾਵਨਾ ਦੱਸੀ ਹੈ ਇਸ ਬੇਮੌਸਮੀ ਮੀਂਹ ਨੇ ਕਣਕ ਸਮੇਤ ਹੋਰਨਾ ਕਈ ਫਸਲਾਂ ਤੇ ਸਬਜ਼ੀਆਂ ਨੂੰ ਨੁਕਸਾਨ ਪਹੁੰਚਾਇਆ ਹੈ ਵੱਖ-ਵੱਖ ਜ਼ਿਲ੍ਹਿਆਂ ਵਿੱਚ ਖੇਤਾਂ ਵਿੱਚ ਫਸਲਾਂ ਵਿੱਚ ਗਈਆਂ ਨੇ ਸ਼੍ਰੀ ਮੁਖਸਰ ਸਾਹਿਬ ਤੋਂ ਸਾਡੇ ਨੁਮਾਇੰਦੇ ਅਨੁਸਾਰ ਜ਼ਿਲ੍ਹੇ ਵਿੱਚ ਮੀਂਹ ਨਾਲ ਹੋਏ ਇਸ ਨੁਕਸਾਨ ਤੋਂ ਕਿਸਾਨ ਪਰੇਸ਼ਾਨ ਨੇ ਇਸ ਦੌਰਾਨ ਸੂਬਾ ਸਰਕਾਰ ਨੇ ਫਸਲਾਂ ਨੂੰ ਹੋਏ ਨੁਕਸਾਨ ਨੂੰ ਦੇਖਦਿਆਂ ਤੁਰੰਤ ਗਰਦਾਵਰੀ ਤੇ ਹੁਕਮ ਦਿੱਤੇ ਨੇ ਖਬਰਾਂ ਦੇ ਬਲੈਟਨ ਸਾਡੇ ਦਰਸ਼ਕਾਂ ਨੂੰ YouTube DDK ਜਲੰਧਰ ਦੇ YouTube ਚੈਨਲ Facebook ਪੇਜ ਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ ਇਸ ਦੇ ਨਾਲ ਹੀ ਖਬਰਾਂ ਦਾ ਇਹ ਬਲੈਟਨ ਖਤਮ ਹੋਇਆ ਅੱਗੇ ਦਿਓ ਨਮਸਕਾਰ